ਸਤਿ ਸ਼੍ਰੀ ਅਕਾਲ ਜੀ, ਗੁੱਡ ਈਵਨਿੰਗ, ਠੀਕ ਠਾਕ ਹੋ? ਤੁਹਾਡੇ ਨਾਲ ਲਾਈਵ ਮੈਂ ਨਾਂ ਹਮੇਸ਼ਾ ਰੋਜ਼ਾਨਾ ਸਪੈਲਿੰਗ ਹੋਰ ਆ ਨਾਮ ਦੇ ਸਪੈਲਿੰਗ ਕੁਛ ਹੋਰ ਆ ਸ਼ਹਿਰ ਦੇ ਅਤੇ ਪ੍ਰੋਨਾਊਂਸ ਕੁਛ ਹੋਰ ਹੁੰਦਾ ਜੀ ਅਤੇ ਖਲਕੀ ਦਾ ਗਰੀਸ ਤੋਂ ਮੈਂ ਤੁਹਾਡੇ ਨਾਲ ਹਾਂ ਰੂਬਰੂ। ਸਾਰਿਆਂ ਨੂੰ ਅੱਜ ਖੁਸ਼ੀ ਦੀ ਗੱਲ ਦੋਸਤੋ ਇਹ ਹੈਗੀ ਕਿ ਜਿਹੜੀ ਬਹੁਤ ਦੇਰ ਦਾ ਤੁਹਾਨੂੰ ਜ਼ਬਰਦਸਤ ਇੰਤਜ਼ਾਰ ਆ ਔਰ ਬੜੀ ਸਬਰ ਨਾਲ ਤੁਸੀਂ, ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦਾ ਕਿ ਤੁਸੀਂ ਇੰਨਾ ਪੇਸ਼ੈਂਸ ਹਮੇਸ਼ਾ ਦਿਖਾਉਂਦੇ ਹੋ ਔਰ ਮੇਰੇ ਕੰਮ ਦਾ ਤੁਸੀਂ ਇੰਤਜ਼ਾਰ ਕਰਦੇ ਹੋ ਜੀ। ਅਤੇ ਅੱਜ ਸਤਰੰਗੀ ਤੀਨ ਤਿੰਨ ਜਿੰਦੜੀਏ ਉਸਦੀ ਆਪਾਂ ਪੋਸਟਰ ਵੀ ਪਾ ਦਿੱਤਾ, ਅਨਾਊਂਸ ਕਰ ਦਿੱਤਾ। ਮੇਰੀ ਸਾਨੂੰ ਸਭ ਨੂੰ ਗੁਜ਼ਾਰਿਸ਼ ਆ, ਮੇਰੇ ਚੋਣ ਵਾਲਿਆਂ ਨੂੰ, ਮੇਰੇ ਅਜੀਜ਼ ਤੁਸੀਂ ਸਾਰੇ ਪਿਆਰੇ ਫੈਨਸ, ਕਿ ਉਹ ਪੋਸਟਰ ਵੱਧ ਤੋਂ ਵੱਧ ਸਭ ਪਾਸੇ ਸ਼ੇਅਰ ਕਰਨਾ ਔਰ ਜੁਲਾਈ 2017 ਦੇ ਲਈ ਤਿਆਰ ਹੋ ਜਾਓ ਆਪਣੀ ਜਿਹੜੀ ਸਤਰੰਗੀ ਪੀਂਗ ਥ੍ਰੀ ਜਿੰਦੜੀਏ ਬਿਲਕੁਲ ਰੈਡੀ ਆ। ਔਰ ਮੈਂ ਦੇ ਨਾਲ ਛੋਟਾ ਵੀਰ ਗੁਰਸੇਵਕ ਮਾਨ ਬਾਬੂ ਸਿੰਘ ਮਾਨ ਸਾਹਿਬ, ਸ਼੍ਰੋਮਣੀ ਕਮਿਸ਼ਨਰ ਬਾਪੂ ਜੀ ਸਰਦਾਰ ਕਰਨੈਲ ਸਿੰਘ ਪਾਰਸ ਸਾਹਿਬ ਦੀਆਂ ਬਹੁਤ ਹੀ ਖੂਬਸੂਰਤ ਰਚਨਾਵਾਂ ਔਰ ਗੁਰਮੀਤ ਸਿੰਘ ਟਾਈਗਰ ਸਟਾਈਲ ਦਾ ਸੰਗੀਤ ਅਤੇ ਪੂਰੀ ਟੀਮ, ਅਸੀਂ ਸਾਡੀ ਟੀਮ ਜਿਹਦੇ ਵਿੱਚ ਪੂਰੇ ਇੰਟਰਨੈਸ਼ਨਲ ਮਾਰਕੀਟਿੰਗ ਪੂਰੀ ਐਲਬਮ ਦੀ ਲੈ ਕੇ ਜਗਰਾਜ ਬੇਂਸ ਔਰ ਇੰਡੀਆ ਦੇ ਵਿੱਚ ਸਾਡੇ ਗੁਰਵਿੰਦਰ ਪੁਰੀ, ਅਨੂਪ ਜੀ, ਏ ਸੀ ਐਮ ਮਿਊਜ਼ਿਕ ਅਤੇ ਬੋਲ 18 ਸਾਰੇ ਦਿਨ ਰਾਤ ਲੱਗੇ ਹੋਏ ਹਾਂ ਕਿ ਅਸੀਂ ਤੁਹਾਨੂੰ ਇੱਕ ਬੈਸਟ ਬਿਹਤਰੀਨ ਐਲਬਮ ਪੰਜਾਬੀ ਦੀ ਤੁਹਾਡੀ ਝੋਲੀ ਪਾਈਏ ਔਰ ਜਿੰਨੀ ਜੀ ਜਾਣ ਦੇ ਨਾਲ, ਜਿੰਨੀ ਮਿਹਨਤ ਦੇ ਨਾਲ ਅਸੀਂ ਕੰਮ ਕੀਤਾ, ਮੈਂ ਆਸ ਕਰਦਾ ਕਿ ਉਹਨਾਂ ਉਹ ਐਲਬਮ ਤੁਹਾਡੀਆਂ ਉਮੀਦਾਂ 'ਤੇ ਖਰਾ ਉਤਰੇਗੀ ਜੀ। ਸੋ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡੇ ਲਈ ਪਰਸਨਲੀ। ਅੱਜ ਮੈਂ ਇੱਥੋਂ ਲਾਈਵ ਹੋਇਆ ਜੀ ਤਾਂ ਕਿ ਇਹ ਜਿਹੜੀ ਖੁਸ਼ਖਬਰੀ ਆ, ਇਹ ਖੁਸ਼ਖਬਰੀ ਤੁਹਾਡੇ ਨਾਲ ਆ ਗਈ, ਤੁਹਾਡੇ ਕਰਕੇ ਆ, ਤੁਹਾਡੇ ਪਿਆਰ ਦੀ ਬਦੌਲਤ ਆ ਕਿ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂ। ਬਹੁਤ ਖੂਬਸੂਰਤ ਗੀਤ, 8 ਗੀਤ ਲੈ ਕੇ, ਬੇਸ਼ੱਕ ਅੱਜ ਕੱਲ੍ਹ ਐਲਬਮ ਦਾ ਜ਼ਮਾਨਾ ਰਿਹਾ ਨਹੀਂ, CD ਦਾ ਜ਼ਮਾਨਾ ਰਿਹਾ ਨਹੀਂ, ਪਰ ਫਿਰ ਵੀ ਅਸੀਂ ਕਿਉਂਕਿ ਇੱਕ ਗੀਤ ਜਦ ਰਿਲੀਜ਼ ਕਰਦੇ ਹਾਂ ਤਾਂ ਉਹਦਾ ਸਵਾਦ ਨਹੀਂ ਆਉਂਦਾ, ਉਹਦਾ ਨਜ਼ਾਰਾ ਨਹੀਂ ਆਉਂਦਾ। ਜ਼ਿੰਦਗੀ ਦੇ ਅਲੱਗ ਅਲੱਗ ਰੰਗ ਨੇ, ਸਾਰਾ ਦਿਨ ਅਸੀਂ ਨੱਚਦੇ ਨਹੀਂ, ਸਾਰਾ ਦਿਨ ਅਸੀਂ ਹੱਸਦੇ ਨਹੀਂ, ਸਾਰਾ ਦਿਨ ਅਸੀਂ ਉਦਾਸ ਨਹੀਂ ਹੁੰਦੇ, ਸਾਰਾ ਦਿਨ ਅਸੀਂ ਸਾਰੇ ਅਲੱਗ ਅਲੱਗ ਰਿਸ਼ਤੇ ਨਿਭਾਉਣੇ ਆ ਅਤੇ ਉਸ ਮੁਤਾਬਕ ਜਿਹੜੇ ਜ਼ਿੰਦਗੀ ਦੇ ਰੰਗਾਂ ਦੀ ਇੱਕ ਸਤਰੰਗੀ ਪੀਂਗ ਐਲਬਮ ਦੇ ਵਿੱਚ ਤੁਹਾਨੂੰ ਅਲੱਗ ਅਲੱਗ ਰੰਗ, ਅਲੱਗ ਅਲੱਗ ਫਲੇਵਰਸ ਸੰਗੀਤ ਦੇ, ਸ਼ਾਇਰੀ ਦੇ ਇਸ ਐਲਬਮ ਦੇ ਵਿੱਚ ਮਿਲਣਗੇ ਜੀ। ਨਵੀਆਂ ਨਕੋਰ ਤਰਜ਼ਾਂ, ਨਵੀਆਂ ਨਕੋਰ ਗੱਲਾਂ ਬਾਤਾਂ, ਜਿਹੜੀਆਂ ਬਹੁਤ ਹੀ ਖੂਬਸੂਰਤ ਕਲਮਾਂ ਪਾਰ ਸਾਹਿਬ ਅਤੇ ਬਾਬੂ ਸਿੰਘ ਮਾਨ ਸਾਹਿਬ ਨੇ ਬਹੁਤ ਸ਼ਿੱਦਤ ਦੇ ਨਾਲ, ਬੜੀ ਮਿਹਨਤ ਦੇ ਨਾਲ ਲਿਖੀਆਂ। ਮੇਰਾ ਇੱਕਦਮ ਗਰੀਸ ਆਉਣ ਦਾ ਸਬੱਬ ਬਣਿਆ ਜੀ, ਪ੍ਰੋਗਰਾਮ ਕੋਈ ਸੀ ਨਹੀਂ ਪਰ ਅੰਜਲ ਜੀ ਨੂੰ ਕਹਿੰਦੇ ਹੁੰਦੇ ਆ, ਮੈਂ ਆਇਆ। ਮੇਰਾ ਬਹੁਤ ਪਿਆਰਾ ਵੀਰ, ਮੇਰਾ ਫੈਨਸ, ਤੁਸੀਂ ਮੈਨੂੰ ਇਸ ਚੀਜ਼ ਦਾ ਕਈ ਵਾਰੀ ਬੜਾ ਇਸ ਚੀਜ਼ ਦੀ ਮੈਨੂੰ ਖੁਸ਼ੀ ਹੁੰਦੀ ਹੈ ਮੇਰੇ ਨਾਲ ਸ਼ੇਅਰ ਜਦ ਕਰਦੇ ਆ ਦੋਸਤ, ਕਈ ਵਾਰੀ ਜਦ ਹੋਰ ਕਲਾਕਾਰ ਭਰਾ ਵੀ ਕਿ ਯਾਰ ਫੈਨਸ ਤਾਂ ਸਭ ਦੇ ਹੀ ਹੁੰਦੇ ਆ ਪਰ ਜਿੰਨੇ ਕੱਟੜ ਅਤੇ ਜਿੰਨੇ ਵਧੀਆ ਫੈਨਸ ਤੁਹਾਡੇ ਹੈਗੇ, ਜਿੰਨਾ ਪਿਆਰ ਨਾਲ, ਐਂਡ ਆਈ ਐਮ ਟਰੂਲੀ ਬਲੈਸਡ। ਛੋਟੇ ਮੇਰੇ ਵੀਰ ਅਜੀਜ਼ ਮੈਂ ਮਿਲਿਆ ਨਹੀਂ ਸੀ, ਪਰ ਵੈਸੇ ਜਦ ਮੁਲਾਕਾਤ ਹੋਈ ਤਾਂ ਪਤਾ ਲੱਗਿਆ ਕਿ ਤੁਸੀਂ ਕਿੰਨਾ ਚਾਹੁਣ ਵਾਲੇ ਹੋ। ਅਕਸਰ ਤੁਸੀਂ ਫੇਸਬੁੱਕ 'ਤੇ ਦੇਖਦੇ ਹੋਵੋਗੇ ਮਨਜਿੰਦਰ ਚੰਦੀ ਗਰੀਸ ਤੋਂ, ਇੱਕ ਬਹੁਤ ਮੇਰਾ ਲਾਜਵਾਬ ਫੈਨ ਆ ਜੀ, ਉਹਦੀ ਸ਼ਾਦੀ ਸੀ ਅਤੇ ਉਹ ਕਹਿੰਦਾ ਭਾਅ ਜੀ ਸ਼ਾਦੀ ਮੁਕੰਮਲ ਤਦ ਹੋਊਗੀ ਜੇ ਤੁਸੀਂ ਆਓਗੇ। ਮੈਂ ਟਿਕਟ ਭੇਜ ਰਿਹਾ, ਮੇਰੀ ਜ਼ਿੰਦਗੀ ਦੀ ਇੱਕੋ ਇੱਛਾ ਹੈਗੀ ਕਿ ਮੇਰੀ ਸ਼ਾਦੀ 'ਤੇ ਬਾਈ ਹਰਭਜਨ ਹੋਰੀ ਜ਼ਰੂਰ ਆਉਣ। ਚਲੋ ਸਵੱਬ ਬਣ ਗਿਆ ਅਤੇ ਮੈਨੂੰ ਚੰਗਾ ਵੀ ਲੱਗਿਆ ਕਿ ਮੈਂ ਇੱਧਰ
ਮਨਜਿੰਦਰ ਨੂੰ ਵਧਾਈ ਵੀ ਦਿੰਦਾ, ਤੁਸੀਂ ਵੀ ਨਾਲ ਸਤਰੰਗੀ ਪਿੰਗ ਤਿੰਨ ਦੇ ਮੇਰਾ ਅਜੀਜ਼ ਫੈਨ ਆ ਜੀ, ਮੈਨੂੰ ਨਹੀਂ ਪਤਾ ਸੀ ਵੀ ਇੰਨਾ ਬਚਪਨ ਤੋਂ ਮੇਰਾ ਕੱਟੜ ਫੈਨ ਆ ਔਰ ਇੰਨਾ ਪਿਆਰ ਕਰਦਾ ਜੀ। ਸੋ ਮੈਂ ਮਨਜਿੰਦਰ ਨੂੰ ਇਹਦੀ ਸ਼ਾਦੀ ਦੀ ਵੀ ਬਹੁਤ ਵਧਾਈ ਦਿੰਦਾ, ਬਹੁਤ ਮੁਬਾਰਕਬਾਦ ਦਿੰਦਾ, ਔਰ ਮਾਲਕ ਜ਼ਿੰਦਗੀ ਦੀ ਹਰ ਖੁਸ਼ੀ ਮਨਜਿੰਦਰ ਔਰ ਪ੍ਰਭਜੋਤ ਹੋਰਾਂ ਦੀ ਝੋਲੀ ਪਾਵੇ। ਅੱਜ ਜੀ ਇੱਥੋਂ ਇਹ ਬਹੁਤ ਵੱਡੀ ਖੁਸ਼ੀ ਮੈਂ ਲੈ ਰਿਹਾ ਜੀ ਕਿ ਸਤਰੰਗੀ ਪੀਂਗ ਅਗੇਨ, ਸਤਰੰਗੀ ਪੀਂਗ ਦੇ ਪੋਸਟਰਸ ਤੁਸੀਂ ਸਭ ਪਾਸੇ ਦੋਸਤੋ ਸ਼ੇਅਰ ਕਰਨੇ ਆ ਔਰ ਸਭ ਪਾਸੇ ਫੈਲਾਉਣੇ ਆ। ਅੱਛੀ ਗਾਇਕੀ, ਸਾਫ਼ ਸੁਥਰੀ ਗਾਇਕੀ ਜਿਹੜੀ ਤੁਸੀਂ ਪਰਿਵਾਰਾਂ ਵਿੱਚ ਬੈਠ ਕੇ ਸੁਣ ਸਕੋ, ਮਾਣ ਸਕੋ, ਉਹ ਗਾਇਕੀ, ਉਹ ਗੀਤ ਅਸੀਂ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋ ਰਹੇ ਹਾਂ। ਸੋ ਜਤਿੰਦਰ ਕੌਰ ਗੋਇਲ ਜੀ, ਜੀਸ਼ਨ ਅਵਾਨ, ਰਾਹੁਲ ਮਹਿਰਾ, ਡਿੰਪਲ ਟੇਲਰ, ਸਰਦਾਰ ਜੀ ਔਰ ਮੈਂ ਬਹੁਤ ਸਾਰੇ ਗਰੀਸ ਤੋਂ ਫੈਨਸ, ਉਹਨਾਂ ਤੋਂ ਮੈਂ ਮਾਫ਼ੀ ਚਾਹੁੰਦਾ। ਤੁਹਾਡੇ ਇੰਡੀਆ ਗਏ ਫੋਨ, ਗੁਰਵਿੰਦਰ ਨੂੰ ਕੰਟੈਕਟ ਕੀਤਾ ਤੁਸੀਂ ਕਿ ਬਾਈ ਜੀ ਨੂੰ ਅਸੀਂ ਮਿਲਣਾ ਚਾਹੁੰਦੇ ਹਾਂ, ਦੋ ਮਿੰਟ ਮੇਰੀ ਮਜਬੂਰੀ ਸੀ ਜੀ ਕਿ ਮੈਂ ਬਹੁਤ ਸ਼ੋਰਟ ਨੋਟਿਸ 'ਤੇ, ਇੱਕਦਮ ਹੀ ਯਕੀਨ ਮੰਨਿਓ, ਬਹੁਤ ਸ਼ੋਰਟ ਨੋਟਿਸ 'ਤੇ ਆਇਆ ਔਰ ਕੋਈ ਪ੍ਰੋਗਰਾਮ ਨਹੀਂ ਸੀ, ਇੱਕਦਮ ਪ੍ਰੋਗਰਾਮ ਬਣਿਆ ਔਰ ਮੈਂ ਇੱਥੇ ਪਹੁੰਚਿਆ ਔਰ ਅੱਜ ਮੇਰੀ ਰਾਤ ਦੀ ਕੁਛ ਦੇਰ ਬਾਅਦ ਹੀ ਫਲਾਈਟ ਹੈ ਜਿਹੜੀ ਉਹ ਇੱਥੋਂ ਟੋਰਾਂਟੋ ਦੀ ਹੈ ਜੀ। ਅਤੇ ਮੈਂ ਮਾਫ਼ੀ ਚਾਹੁੰਦਾ, ਮੈਂ ਕਾਸ਼ ਕਿ ਤੁਹਾਨੂੰ ਮਿਲ ਸਕਦਾ, ਜਿਸ ਤਰ੍ਹਾਂ ਮੈਂ ਕਿਹਾ ਕਿ ਇੱਕ ਪ੍ਰਾਈਵੇਟ ਇੱਕ ਪਰਸਨਲ ਟ੍ਰਿਪ ਸੀ ਜੀ ਔਰ ਬਹੁਤ ਜਲਦੀ ਅਸੀਂ ਗ੍ਰੀਸ, ਯੂਰਪ ਦੇ ਵਿੱਚ ਸ਼ੋਅਜ਼ ਲੈ ਕੇ ਆ ਰਹੇ ਹਾਂ ਅਤੇ ਜਲਦੀ ਤੁਹਾਡੇ ਨਾਲ ਡੇਟਸ ਸ਼ੇਅਰ ਕਰਾਂਗੇ ਐਂਡ ਆਈ ਪ੍ਰੋਮਿਸ ਕਿ ਉਸ ਟਾਈਮ ਜ਼ਰੂਰ ਹੋਰ ਜ਼ਿਆਦਾ ਟਾਈਮ ਹੋਏਗਾ ਤੁਹਾਨੂੰ ਮਿਲ ਕੇ ਵੀ ਜਾਵਾਂਗੇ। ਫਿਰ ਵੀ ਮੈਂ ਕੋਸ਼ਿਸ਼ ਕੀਤੀ ਜਿੰਨਾ ਕੁ ਨੂੰ ਤੁਹਾਨੂੰ ਮਿਲ ਸਕਾਂ ਅਤੇ ਬਾਕੀ ਮੈਂ ਸਾਰੇ ਜਿਹੜੇ ਗ੍ਰੀਸ ਦੇ ਵਿੱਚ ਸਾਡੇ ਭੈਣ ਭਰਾ ਪੰਜਾਬੀ ਵੱਸਦੇ ਨੇ, ਮੈਂ ਸਭ ਤੋਂ ਮਾਫ਼ੀ ਚਾਹੁੰਦਾ ਕਿ ਆਪਣੀ ਮੁਲਾਕਾਤ ਨਹੀਂ ਹੋ ਪਾਈ। ਸੋ ਵੰਸ ਅਗੇਨ ਦੋਸਤੋ, ਥੈਂਕ ਯੂ ਸੋ ਮੱਚ, ਤੁਹਾਡੇ ਨਾਮ ਬਸ ਹਮੇਸ਼ਾ ਮੈਂ ਕਹਿੰਦਾ ਹੁੰਦਾ, ਤੁਹਾਡੇ ਨਾਮ ਮੇਰੇ ਦਿਲਾਂ 'ਤੇ, ਮੇਰੇ ਦਿਲ 'ਤੇ ਲਿਖੇ ਹੋਏ ਆ ਪਲੀਜ਼। ਸੋ ਆਈ ਪ੍ਰੋਮਿਸ ਯੂ ਵਨ ਥਿੰਗ ਕਿ ਤੁਹਾਡੇ ਨਾਮ ਸਭ ਦੇ ਮੈਂ ਜਦੋਂ ਮੈਸੇਜ ਪੜ੍ਹਦਾ ਨਾ, ਮੈਂ ਜ਼ਰੂਰ ਪੜ੍ਹੂੰਗਾ ਨਾ ਨਾਮਾਂ ਬਾਰੇ, ਨਿਸ਼ਚਿੰਤ ਹੋ ਜਾਓ। ਤੁਹਾਨੂੰ ਸਭ ਨੂੰ ਮੈਂ ਦਿਲੋਂ ਪਿਆਰ ਹੈ ਜੀ, ਤੁਹਾਨੂੰ ਸਭ ਨੂੰ ਦਿਲੋਂ ਬਹੁਤ ਸਤਿਕਾਰ ਆ ਔਰ ਬਹੁਤ ਚੰਗਾ ਲੱਗਿਆ ਕਿ ਜਿਸ ਤਰ੍ਹਾਂ ਅਣਜਲ ਦੀਆਂ ਖਿੱਚਾਂ ਨੇ, ਬਾਪੂ ਜੀ ਪਾਰ ਸਾਹਿਬ ਨੇ ਲਿਖਿਆ ਸੀ ਕਿ ਅਣਜਲ ਦੀਆਂ ਖਿੱਚਾਂ ਨੇ ਬਾਕੀ ਦਾਤੇ ਹੱਥ ਮੁਹਾਰਾ। ਸੋ ਇਹ ਅਣਜਲ ਦੀਆਂ ਖਿੱਚਾਂ ਜੀ ਕਿ ਅੱਜ ਇੱਕ ਦਿਨ ਦਾ ਇੱਥੇ ਅਣਜਲ ਸੀ ਔਰ ਇੱਥੇ ਪਹੁੰਚੇ ਔਰ ਮੈਂ ਤੁਹਾਨੂੰ ਬਹੁਤ ਬਹੁਤ, ਮੇਰੇ ਮਨ 'ਚ ਐਕਸਾਈਟਮੈਂਟ ਚਾਹ ਸੀ ਕਿ ਤੁਹਾਨੂੰ ਕਦ ਦੱਸਾਂ ਮੈਂ ਕਿ ਸਤਰੰਗੀ ਪੀਂਗ ਫਾਈਨਲੀ ਜਿਹੜੀ ਤੁਸੀਂ ਬਹੁਤ ਦੇਰਾਂ ਤੋਂ ਤੁਸੀਂ ਅਡੀਕ ਕਰ ਰਹੇ ਹੋ, ਆਪਾਂ ਫਾਈਨਲ ਕਰ ਦਿੱਤੀ ਹੈ July 8, 2017 ਦੇ ਵਿੱਚ ਅਤੇ ਬਸ ਨੈਕਸਟ ਪੋਸਟਰ ਦੇ ਵਿੱਚ ਜਲਦੀ ਤੁਹਾਨੂੰ ਡੇਟ ਵੀ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗੇ। ਸੋ ਤਿਆਰ ਹੋ ਜਾਓ, ਓਰਿਜਨਲ ਗਾਣੇ ਤੁਸੀਂ ਸੁਣਨੇ ਆ, ਡਾਊਨਲੋਡ ਕਰਨੇ ਆ। ਮੇਰੀ ਇਹ ਵੀ ਇੱਛਾ ਕਿ ਪੂਰੀ, ਬੇਸ਼ੱਕ ਅੱਜ ਕੱਲ੍ਹ ਕੋਈ ਖਰੀਦਦਾ ਨਹੀਂ ਪਰ ਆਪਾਂ ਕੰਮ ਜਦੋਂ ਹਮੇਸ਼ਾ ਦਿਲ ਨਾਲ ਕਰੀਦਾ, ਜੀ ਜਾਨ ਨਾਲ ਕਰੀਦਾ ਕਿ ਪੂਰਾ ਉਹਦਾ CD ਕੰਪਲੀਟ ਬਣਾਈਏ, ਉਹਦਾ ਕਵਰ ਚਾਹੇ ਉਹ 2000 ਬਣਾਈਏ, 10000 ਬਣਾਈਏ ਅਤੇ ਕੁਛ ਖਾਸ ਫੈਨਸ ਜਿਹੜੇ ਮੈਨੂੰ ਲੱਗਦਾ ਹੀ ਨਹੀਂ, ਮੈਨੂੰ ਯਕੀਨ ਵੀ ਆ ਕਿ ਉਹ ਦੁਨੀਆਂ 'ਚ ਜਿੱਥੇ ਵੀ ਬੈਠੇ ਆ ਉਹਨਾਂ ਨੇ, ਚਾਹੇ ਉਹਨਾਂ ਨੂੰ $50 ਖਰਚਣੇ ਪੈਣ, ਚਾਹੇ ₹50 ਖਰਚਣੇ ਪੈਣ, ਕਿ ਉਹ ਓਰਿਜਿਨਲ ਕਾਪੀ ਇੱਕ ਜ਼ਰੂਰ ਸਤਰੰਗੀ ਦੀ ਸੰਭਾਲ ਕੇ ਰੱਖਣਾ ਚਾਹੁੰਗੇ। ਸੋ ਥੈਂਕ ਯੂ ਸੋ ਮੱਚ ਦੋਸਤੋ, ਮੈਂ ਜਾਂਦੇ ਜਾਂਦੇ ਤੁਹਾਡਾ ਫਿਰ ਸਭ ਦਾ ਇੱਕ ਵਾਰੀ ਪੂਰੀ ਟੀਮ ਵੱਲੋਂ, ਆਪਣੇ ਵੱਲੋਂ, ਮੇਰੇ ਸਾਥੀਆਂ ਵੱਲੋਂ ਸਾਰਿਆਂ ਦਾ ਤੁਹਾਡਾ ਧੰਨਵਾਦ ਕਰਦਾ ਔਰ ਤੁਹਾਨੂੰ ਜਿੱਥੇ ਜਿੱਥੇ ਵੀ ਦੁਨੀਆਂ 'ਚ ਬੈਠੇ ਹੋ, ਖੂਬਸੂਰਤ ਤੁਹਾਨੂੰ ਵਿਊ ਵੀ ਦਿਖਾ ਦਿੱਤਾ, ਬਹੁਤ ਵਧੀਆ ਜਗ੍ਹਾ ਜੀ ਔਰ ਸੋ ਜਲਦੀ ਤੁਹਾਡੇ ਇਹਨਾਂ ਖੂਬਸੂਰਤ ਮੁਲਕਾਂ ਦੇ ਵਿੱਚ ਸ਼ੋਅਜ਼ ਲੈ ਕੇ ਆਵਾਂਗੇ ਸਾਰਾ, ਮਨਜਿੰਦਰ ਹੁਰੀ ਔਰ ਜਗਰਾਜ ਬੇਨਸੂਰੀ ਸਾਰੇ ਬਹੁਤ ਜਲਦੀ ਸਾਰਾ ਔਰਗਨਾਈਜ਼ ਕਰਨਗੇ ਜੀ। ਸੋ ਦੋਸਤੋ, ਜੇ ਉਹਦੇ ਵਾਸਤੇ ਰਹੋ, ਥੈਂਕ ਯੂ ਸੋ ਮੱਚ, ਸਤਰੰਗੀ ਪੀਂਗ ਤਿੰਨ ਜਿੰਦੜੀਏ, ਸਭ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਜਿੰਦੜੀਏ ਲੈ ਕੇ ਹਾਜ਼ਰ ਹੋ ਰਹੇ ਹਾਂ ਜੀ July 2017 ਦੇ ਵਿੱਚ। ਥੈਂਕ ਯੂ ਜੀ।